बापू कहना ब्याह करा ला, सुखी रहूंगा, खुश रहूंगा। आ खुश रहे हैं? कहना सारी उम्र खुश रहूंगा, वो सारी उम्र तक भांडे मांजन नू ला पी, मैं सुखी रहूंगा। आ लिया के दुरमट जी मेरे मत्थे मारी मजाऊंगी है भांडे। टोकरा पहला मांजिया, टोकरा दोबारे लिया के रख दो, है भांडे मांजन नू पता नहीं कद निपटारा होगा इन्हों का। मैं भांडे मांजते आप बेटा सोचते लगी गया है, ऐ भी नहीं आके माड़ा मोटा प्लेट भांडे क्यों ने भन्ने ने आराम ना नहीं तो होंगे है के। मैं वीडियो देख दी थी। क्या देख दी है वीडियो जो तू है? वीडियो च मैं देख दी थी शाही पनीर बनाना। अच्छा शाही पनीर है? अला शाम नु तां ओ सड़ा पा कद्दू मत्थे मारना है। देख लिया तू रेसिपियां शाही पनीर दियां है? बस कर टक यार, भांडे मांज ला, सारे भांडे भन भन के ना चिब पाते। ਭਾਂਡੇ ਤਾਂ ਮੇਰੇ ਪੂਰੇ ਮਾਂਜੇ ਨਹੀਂ, ਪਤੀਲਾ ਉਹ ਮਾਂਜਣ ਨੂੰ ਪਿਆ। ਕਹਿੰਦੀ ਭਾਂਡੇ ਨਹੀਂ ਮਾਂਜੇ, ਆ ਤਿੰਨ ਟੋਕਰੇ ਤਾਂ ਮੈਂ ਭਾਂਡਿਆਂ ਦੇ ਮਾਂਜਤੇ, ਹਲੇ ਕਹਿੰਦੀ ਮਾਂਜੇ ਨਹੀਂ ਭਾਂਡੇ, ਹੋਰ ਕਿਵੇਂ ਮਾਂਜਾ ਭਾਂਡੇ? ਆ ਪਤੀਲਾ ਮਾਂਜਣ ਨੂੰ ਪਿਆ ਤੇਰੇ ਲੱਗਦਾ, ਆਹ ਦੇਖ ਲਾ। ਮੇਰੇ ਨਾਲ ਬਹੁਤੀ ਤਿੰਨ ਪੰਜ ਨਹੀਂ ਕਰਨੀ, ਨਹੀਂ ਨਾ ਮਾਂਜਿਆ ਮਜਾਇਆ ਪਤੀਲਾ ਉੱਥੇ ਜਾਊਗਾ। ਪਚਾ ਜੇ ਮਾਂ ਦਾ ਪੁੱਤ ਨਾ ਪਜਾ ਤੂੰ ਲੈ ਆ ਲੈ। ਬਸ ਬਸ ਮੈਨੂੰ ਤਾਂ ਆਹੀ ਉਮੀਦ ਸੀ ਤੇਰੇ ਤੇ, ਆਹੀ ਕੁਛ ਕਰਨ ਜੋਗਾ ਤੂੰ। ਕੰਮ ਕਰ ਲਿਆ ਕਰ, ਸਿੱਧਾ ਹੋ ਕੇ ਭਾਂਡੇ ਮਾਂਜ ਲਾ। ਦੇਖ ਲੈ ਬਾਪੂ ਆ ਤੇਰੇ ਮੂਹਰੇ ਵੀ ਕਿਵੇਂ ਚੱਪਰ ਚੱਪਰ ਬੋਲੀ ਜਾਂਦੀ ਹੈ। ਆ ਦੇਖ ਲੈ, ਹੈ ਤੂੰ ਹੀ ਕਹਿੰਦਾ ਸਾਊ ਲੱਗਦੀ ਹੈ, ਕਰਾ ਲੈ ਕੁੜੀ ਨਾਲ ਵਿਆਹ। ਉਹ ਭਾਈ ਵਿਚੋਲਾ ਤੇਰੇ ਸਾਹਮਣੇ ਕਹਿੰਦਾ ਤਾਂ। ਕੀ ਕਹਿੰਦਾ? ਕਹਿੰਦਾ ਵੀ ਕੁੜੀ ਜਮਾ ਗਊ ਹੈ। ਗਊ? ਆਹਾ ਉਹ ਦੇਖ ਲੈ ਮੂਹਰੇ ਹੋ ਕੇ ਸਿੰਗ ਵਾਲੀ ਗਊ ਹੈ, ਨਹੀਂ ਜੇ ਨਾ ਚੱਕ ਕੇ ਲੈ ਜਵੇ। ਬਾਪੂ ਜੀ ਤੁਸੀਂ ਤਾਂ ਚੁੱਪੇ ਕਰੇ ਰਹੋ ਨਾ। ਕੀ ਮੈਂ ਤੇਰਾ ਕੀ ਵਿਗਾੜਤਾ? ਜਦ ਤੱਕ ਇਹਨਾਂ ਮੈਨੂੰ ਸ਼ਾਹੀ ਪਨੀਰ ਬਣਾ ਕੇ ਦੇ ਦੇ ਕਦੇ ਕੁਛ ਦੇ, ਤਾਂ ਮੈਂ ਵੀਡੀਓ ਅੱਗ ਲਾਉਂਦੀ ਸੀ ਦੇਖਦੀ ਸੀ। ਬੱਲੇ ਬੱਲੇ, ਮੈਂ ਤਾਂ ਤੈਨੂੰ ਬਹੁਤ ਕੁਛ ਕਿਹਾ, ਅੱਜ ਤੱਕ ਤਾਂ ਤੈ ਮੈਨੂੰ ਬਣਾ ਕੇ ਨਹੀਂ ਦਿੱਤਾ ਕੁਛ। ਆ 3 ਦਿਨ ਹੋ ਗਏ ਕੱਦੂ ਚੱਲਦੇ ਨੂੰ, 3 ਦਿਨ ਮੇਰਾ ਤਾਂ ਢਿੱਡ ਵੀ ਖਰਾਬ ਹੋ ਗਿਆ। ਦੇਖ ਕਿਵੇਂ ਮਰਨ ਵਾਲਾ ਹੋਇਆ। ਮਰਨੇ ਜਾਂਦੀ ਉਹ 3 ਟੋਕਰੇ ਤਾਂ ਤੇਰੇ ਸਾਹਮਣੇ ਭਾਂਡਿਆਂ ਦੇ ਮਾਂਜ ਕੇ ਹਟਿਆ, ਕੰਮ ਕੀ ਕਰਦੀ ਹੈ ਇਹ? ਓਏ ਮੈਨੂੰ ਤਾਂ ਆਪ ਨਹੀਂ ਸਮਝ। ਚੱਲ ਫਿਰ ਤੂੰ ਬਣਾ ਲਈ ਸ਼ਾਹੀ ਪਨੀਰ, ਤੂੰ ਹੀ ਬਣਾ ਲਈ। ਹੁਣ ਮੈਂ ਭਾਂਡੇ ਮਾਂਜ ਕੇ ਹਟਿਆ, ਹੁਣ ਮੈਂ ਉੱਥੇ ਰਸੋਈ ਚ ਬੜਾ ਹਾਂ। ਭਾਂਡੇ ਕਿਹੜੇ ਮਾਂਜਤੇ ਤੇ? ਉਹ ਦੇਖ ਲੈ ਸਾਰਿਆਂ ਦੇ ਵਿੱਚ ਤਾਂ ਸਾਬਣ ਲੱਗਿਆ ਪਿਆ। ਖਰਾਬ ਮਾਂਜ ਲਿਆ ਕਰ, ਇੱਥੇ ਵੀਡੀਓ ਕਿਉਂ ਦੇਖਦੀ ਹੁੰਨੀ ਬੈਠੀ? ਖਾਂਦਾ ਕੌਣ? ਖਾਂਦੇ ਵੀ ਤਾਂ ਤੁਸੀਂ ਹੋਈ ਹੋ। ਮੈਂ ਇਕੱਲਾ ਖਾਂਦਾ, ਤੂੰ ਨਹੀਂ ਖਾਂਦੀ? ਗੱਲਾਂ ਕਿਹੜੀਆਂ ਕਰਦੀ ਐ ਭਾਈ ਤੂੰ ਵੀ? ਲੈ ਅੱਜ ਦੇਖ ਲਿਆ ਖਾ ਲਈ ਤੂੰ ਮੇਰੇ ਬਣੇ ਹੋਏ ਪਰੌਂਠੇ। ਨਾ ਮੈਂ ਰੋਟੀ ਬਣਾਵਾਂ, ਨਾ ਮੈਂ ਬਣਾਵਾਂ ਸਬਜ਼ੀ, ਅੱਜ ਤੂੰ ਹੀ ਬਣਾਏਂਗਾ। ਲੈ ਬੈਠੀ ਆ। ਮੈਂ ਨਹੀਂ ਬਣਾਉਂਦਾ, ਮੈਂ ਤਾਂ ਭਾਂਡੇ ਮਾਂਜਦੇ, ਮੇਰੀ ਵਾਰੀ ਖਤਮ। ਹਾਂ ਹੋਰ ਨਾ ਕਿਤੇ ਮੇਤੋਂ ਦੱਖੂ ਦਾਣਾ ਲੈ ਲਈ ਹੁਣ ਤੂੰ, ਨਾਲੇ ਤਾਂ ਤੂੰ ਬੋਲਦਾ ਏ ਮੈਨੂੰ, ਸਾਰੇ ਪਿੰਡ ਦੇ ਵਿੱਚ ਪਤਾ ਲਾਤਾ ਤੇ। ਜੇ ਤੂੰ ਕੰਮ ਕਰਦੀ ਹੋਵੇਂ ਫਿਰ ਕਾਹਨੂੰ ਬੋਲੇ? ਕੰਮ ਤਾਂ ਤੂੰ ਕਰਦੀ ਨਹੀਂ। ਲੈ ਮੈਂ ਹੁਣ ਕਰਦੀ ਵੀ ਨਹੀਂ। ਆ ਦੇਖ ਲੈ ਬਾਪੂ ਬੈਠਾ ਰਿਹਾ ਭੁੱਖਾ, ਮੈਨੂੰ ਕੀ ਆ? ਉਹ ਭਾਈ ਉਹ ਮੇਰੀ ਸੁਣੋ ਗੱਲ, ਉਹ ਤੁਸੀਂ ਪਾਣੀ 'ਚ ਮਧਾਣੀ ਫੇਰ ਪਾ ਲਿਓ, ਉਹ ਤੁਸੀਂ ਮੈਨੂੰ ਤਾਂ 2 ਰੋਟੀਆਂ ਦੇ ਦਿਓ। ਮੈਨੂੰ ਕੀ ਆ, ਮੈਂ ਤਾਂ ਮੈਗੀ ਬਣਾ ਕੇ ਖਾ ਲੈਣੀ ਆ। ਖਾ ਲਿਓ ਜਿਹੜਾ ਕੁਝ ਖਾਣਾ ਤੁਸੀਂ। ਲੈ ਹੁਣ ਤੂੰ ਵੀ ਖਾ ਲਈ ਮੈਗੀ। ਅੱਛਾ ਤੈਨੂੰ ਵੀ ਲਿਆ ਕੇ ਦਊਗੀ ਮੈਗੀ ਇਹ। ਕਹਿੰਦਾ ਲੱਗਦੀ ਹੈ ਗਊ। ਉਹ ਭਾਈ ਗਊ ਏ ਦੀ ਪਹਿਲਾਂ ਤਾਂ, ਇਹ ਤਾਂ ਇੱਥੇ ਆ ਕੇ ਪਤਾ ਨਹੀਂ ਇਹਨੂੰ ਕਿਹੜੇ ਖੰਘ ਲੱਗ ਗਏ। ਲੱਗ ਗਏ ਖੰਘ ਇਹਨੂੰ, ਜਦ ਤੱਕ ਕੰਮ ਨਹੀਂ ਕਰਨ ਦਿੱਤਾ ਕਰ ਲੂਗੀ ਕਰ ਲੂਗੀ। ਆ ਲੈ ਆ ਮੇਰੇ ਗੱਲ ਸਿਆਪਾ ਪਾਤਾ ਸਾਰਾ। ਉਹ ਚੱਲ ਭਾਂਡੇ ਹੀ ਮਾਂਜਦਾ ਤੂੰ, ਹੋਰ ਕੀ ਕਰਦਾ? ਤੂੰ ਤਾਂ ਇੱਥੇ ਬੈਠਾ ਮਾਲਾ ਚੱਪੀ ਜਾਂਦਾ ਯਾਰ, ਤੈਨੂੰ ਕੀ ਪਤਾ? ਮੈਂ ਸਾਰੇ ਭਾਂਡੇ ਮੈਂ ਤਾਂ ਪੋਚੇ ਲਾਉਣਾ, ਝਾੜੂ ਲਾਉਣਾ, ਡੰਗਰਾ ਚਾਹੁੰਦਾ, ਮੇਰੀ ਕੋਈ ਜੂਨੀਅਰ ਨਹੀਂ ਹੈਗੀ। ਉਹ ਯਾਰ ਤਾਂ ਕਿਆ ਹੋਇਆ, ਕੰਮ ਤਾਂ ਕਰਦਾ ਹੀ ਹੈ। ਹਾਂ ਕਰਦਾ, ਫਿਰ ਤੂੰ ਵੀ ਕਰ ਲਿਆ ਕਰ, ਉਹਨੂੰ ਵੀ ਕਿਹਾ ਕਰ, ਉਹ ਨਹੀਂ ਕਰ ਸਕਦੀ। ਹੈ ਉਹ ਭਾਈ ਤੁਹਾਡਾ ਤਾਂ ਕੰਮ ਇਹੀ ਹੈ ਪਾਣੀ 'ਚ ਮਾਰ। ਨਾ ਤੂੰ ਮੈਨੂੰ ਬੋਲਦਾ ਕਿਵੇਂ? ਟੁੱਟ ਪੈਣਾ ਮੈਂ ਕੀ ਬੋਲਣ ਨੂੰ ਕੀ ਹੈ? ਤੇਰਾ ਮੂੰਹ ਨੂੰ ਚੱਪੀ ਲਾ ਦੂੰ ਮੈਂ। ਐ ਕਿਵੇਂ ਲਾ ਦੇਂਗੀ ਚੱਪੀ ਤੂੰ? ਆ ਫੱਟਾ ਕਿਹਦੇ ਤੈਨੂੰ ਚੱਕਿਆ? ਆ ਤਾਂ ਮੈਂ ਦੁਬਾਰੇ ਬੈਠਣ ਨੂੰ ਚੱਕਿਆ। ਹਾਂ ਦੱਸ। ਚੱਲ ਪਿਆਜ਼ ਕੱਟ। ਮੈਂ ਨਹੀਂ ਕੱਟਦਾ ਪਿਆਜ਼ ਪਿਊਜ, ਮੈਂ ਤਾਂ ਭਾਂਡੇ ਮਾਂਜ ਕੇ ਹਟਿਆ ਹੁਣ। ਭਾਂਡੇ ਕਿਹੜੇ ਮਾਂਜੇ ਨਾ, ਪਤੀਲਾ ਤਾਂ ਔਕਣੇ ਪਿਆ ਜੀ, ਚ ਸਬਜ਼ੀ ਬਣਾਉਣੀ ਆ। ਫਿਰ ਮਾਂਜ ਲਾ ਆਪ ਚੱਕ ਕੇ। ਕਹਿੰਦੀ ਕਿਹੜੇ ਮਾਂਜ ਲੈ ਭਾਂਡੇ? ਉਹ ਦੇਖੀ ਟੋਕਰਾ ਭਰਿਆ ਪਿਆ ਭਾਂਡੇ ਨਾਲ। ਖਾਣ ਨੂੰ ਤਾਂ ਤੂੰ ਮੂਰੇ ਹੋ ਜਾਂਦਾ। ਮੈਂ ਇਕੱਲਾ ਖਾਂਦਾ, ਤੁਸੀਂ ਨਹੀਂ ਖਾਂਦੇ, ਆ ਨਹੀਂ ਖਾਂਦੀ, ਉਹ ਨਹੀਂ ਖਾਂਦਾ। ਉਹ ਭਾਈ ਆ ਬੰਨੇ ਤੁਹਾਡੇ ਮੂਰੇ ਹੱਥ, ਉਹ ਤੁਸੀਂ ਮੈਨੂੰ 2 ਰੋਟੀਆਂ ਲਿਆ ਦਿਓ। ਬਾਪੂ ਜੀ ਤੁਸੀਂ 2 ਮਿੰਟ ਬਹਿ ਜਾਓ ਚੁੱਪ ਕਰਕੇ, ਅੱਜ ਇਹਨੂੰ ਤਾਂ ਮੈਂ ਦੇਖ ਹੀ ਲਵਾਂ। ਇਹ ਰੋਜ਼ ਦਾ ਹੀ ਕੰਜਰ ਖਾਂਦਾ ਇਹ, ਕਦੇ ਮੈਂ ਭਾਂਡੇ ਨਹੀਂ ਮਾਂਜਣੇ, ਕਦੇ ਮੈਂ ਝਾੜੂ ਨਹੀਂ ਲਾਉਣਾ। ਨਾ ਮੇਰਾ ਕਿਹੜਾ ਕੰਜਰ ਖਾਂਦਾ, ਮੈਂ ਤਾਂ ਭਾਂਡੇ ਮਾਂਜਦਾ, ਤੂੰ ਨਹੀਂ ਕੰਮ ਕਰਦੀ। ਕੋਈ ਹੋਰ ਆਉਂਦਾ ਨਾ ਕੰਮ ਕਰਨ ਇਹੋ ਜਿਹੀ ਵਿਚੋਲੇ ਦੀ, ਜਿਹੜੇ ਕਹਿੰਦੇ ਤੀ ਇਹ ਬਹੁਤ ਚੰਗਾ ਏ ਕੰਮ ਕਰਦਾ। ਵਿਚੋਲੇ ਪਰ ਤਾਂ ਮੈਂ ਵੀ ਜੁੱਤੀ ਫੇਰੂੰਗਾ, ਜਿਹਨੇ ਸਿਆਪਾ ਤੁਰਮਟ ਵਰਗੀ ਮੇਰੇ ਗਲ ਪਾਤੀ ਲਿਆ ਕੇ ਉਹਦੇ। ਚੱਲ ਫਿਰ ਲੈ ਲਈ ਭੈਣੇ ਨੇ, ਮੇਰੇ ਤੋਂ ਵੀ ਲੈ ਲਈ ਤੂੰ ਪਰੌਂਠੇ, ਦਊ ਤੈਨੂੰ ਰੋਟੀਆਂ। ਬਾਪੂ ਜੀ ਮੈਂ ਲੈ ਕੇ ਆਉਂਦੀ ਹਾਂ, ਇੱਕ ਕੌਲੀ ਸਬਜ਼ੀ ਦੀ ਪਈ ਆ, ਤੇਰੇ ਜੋਗੀ ਰੋਟੀ ਲਿਆਉਣੀ ਆ, ਖਾ ਲਈ ਹੁਣ, ਜਿਹਦੇ ਖਾਣੀਆਂ ਨੇ ਲੈ ਆਈ ਕਿਸੇ ਹੋਰ ਨੂੰ। ਮੈਂ ਹੁਣ ਕਿਤੇ, ਮੈਂ ਗੁਰਦੁਆਰੇ ਜਾਊਂਗਾ ਹੁਣ। ਹੈ ਗੁਰਦੁਆਰੇ ਹੀ ਜਾਏ ਹੁਣ ਤੂੰ ਯਾਰ, ਤੂੰ ਮੈਨੂੰ ਤਾਂ ਮਿਲਣ ਦੇ 2 ਰੋਟੀਆਂ। ਕਿੱਥੇ ਜਾਏਂ ਮੈਂ, ਕਿੱਥੇ ਜਾਊਂਗਾ? ਉਹ ਗੁਰਦੁਆਰੇ ਜਾਏਂ ਤੂੰ? ਮੇਰਾ ਗੁਰਦੁਆਰੇ ਜਾਏਂ, ਉੱਥੇ ਸਾਹਮਣੇ ਇੱਥੇ ਭਾਂਡੇ ਮਾਂਜਦਾ। ਮੈਂ ਤਾਂ ਕਹਿੰਦਾ ਜੇ ਗੁਰਦੁਆਰੇ ਮਾਂਜਦਾ ਨਾ, ਮੈਂ ਤਾਂ 2-3 ਮਹੀਨੇ ਰੋਟੀ ਖਾਈ ਜਾਂਦੇ। ਕਹਿੰਦਾ ਗੁਰਦੁਆਰੇ ਜਾਏਂ, ਆ ਵੀ ਤੂੰ ਉਹਦੇ ਨਾਲ ਹੀ ਲੱਗ ਗਿਆ ਹੈ। ਉਹ ਹੁਣ ਭਾਈ ਕਰਾਂ ਕਿਆ, ਬਹੂ ਦੀ ਵੀ ਕਰਨੀ ਪੈਂਦੀ ਹੈ। ਹੁਣ ਤਾਂ ਮੈਂ ਬਹੂ ਦੀ ਉਹ ਕਰਦਾ ਆਇਆ, ਆ ਦਿਨ ਨਾ ਦੇਖਣੇ ਪੈਂਦੇ, ਨਾਲ ਮੈਨੂੰ ਵੀ ਭੁੱਖਾ ਮਾਰਦਾ ਹੈ। ਮੈਂ ਤਾਂ ਸੜੀ ਪਾਈ ਰਹਿਣਾ। ਚੱਲ ਕੜੀ ਤਾਂ ਅੱਧੀ ਪਾਤੀ, ਅੱਧੀ ਮੈਂ ਆਪਣੇ ਜੋਗੀ ਰੱਖ ਲਈ, ਤੇ ਬਾਪੂ ਜੀ ਨੂੰ ਰੋਟੀ ਦੇ ਦੇਵਾਂ। ਹੁਣ ਖਾ ਲਵੇ ਮੇਰੇ ਪਰੌਂਠੇ, ਦਊਂ ਇਹਨੂੰ ਰੋਟੀ। ਚੱਕ ਕੇ ਰੋਟੀਆਂ ਬਾਪੂ ਜੀ ਜੋਗੀਆਂ ਲੈ ਚੱਲੀ, ਮੇਰੀ ਰੋਟੀ ਦੇ ਦਿੰਦੀ ਆ ਤੈਨੂੰ ਵੀ, ਦੇ ਦਿੰਦੀ ਆ ਰੋਟੀ। ਮੈਂ ਹੁਣ ਭੁੱਖਾ ਬੈਠੂਗਾ, ਭਾਂਡਾ ਟੋਕਰੇ
ਉਹ ਬੱਲੇ ਬਾਪੂ ਮਿਲ ਗਏ ਪਰੌਂਠੇ ਫਿਰ ਹੈ ਆ ਲੈ ਕੜੀ ਆ ਲੈ ਕੜੀ ਤਾਂ ਹੈ ਨੀ ਬਾਪੂ ਹੁਣ ਤੂੰ ਐ ਕਰ ਬਸ ਆਹੀ ਤੀ ਹੁਣ ਐ ਕਰ ਲੈ ਆ ਲੈ ਆ ਖਾ ਲੈ ਖਾ ਲੈ ਖਾ ਲੈ ਤੈਂ ਵੀ ਸਵੇਰ ਦੀ ਰੋਟੀ ਖਾਧੀ ਵੀ ਆ ਕੋਈ ਗੱਲ ਨੀ ਤੂੰ ਖਾ ਪਹਿਲਾਂ ਪਹਿਲਾਂ ਤੈਨੂੰ ਹੀ ਰਜਾਵਾਂ ਹਾਂ ਕਹਿੰਦਾ ਤਾਂ ਨਾ ਨੂੰ ਹੈ ਫਿਰ ਵੀ ਲੈ ਖਾ ਲਾ ਖਾ ਲਾ ਖਾ ਲਾ 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 ਇੱਧਰ ਤੇ ਖਾ ਲਾ ਹਾਂ ਖਾ ਲਾ ਛੇਤੀ ਕਰ मोडा कड़ी खा ला ना 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 पुत ना तुसी ओ खाओ थोनू ए मुबारक मोडा कड़ी नाले गोडा कड़ी आ ला बापू ਐਨਕ ਵਾਲੀ ਤਾਂ ਤੇਰੀ ਉਤਰ ਗਈ ਸਾਰੀ ਉਹ ਅੱਛਾ ਆ ਫੜ ਐਨਕ ਲਾ ਲੈ ਦੋ ਵਰਕੀਆਂ ਤਾਂ ਲੱਗੇ ਜਾਣਗੇ ਜੈਲਦਾਰ ਬਈ ਮੈਂ ਸੁਣਿਆ ਵੀ ਤੇਰੀ ਨੂੰ ਰੋਟੀ ਪਾਣੀ ਐ ਟਾਈਮ ਨਾਲ ਦਿੰਦੀ ਆ ਆਹੋ ਤੈਨੂੰ ਚੁਬਦਾ ਫਿਰ ਨਾ ਨਾ ਚੁਬਣਾ ਕਾਹਨੂੰ ਆ ਉਹ ਹੀ ਬਸ ਪਿੰਡ ਚ ਗੱਲਾਂ ਜੀਆਂ ਹੁੰਦੀਆਂ ਤੀਆਂ ਨਹੀਂ ਚਾਚਾ ਤੈਂ ਖਾਣੀ ਤੈਨੂੰ ਵੀ ਲਾ ਦਿੰਦਾ ਅੰਦਰ ਤੇ ਨਾ ਨਾ ਭਤੀਜ ਮੈਂ ਕਾਹਨੂੰ ਖਾਣੀ ਆ ਰੋਟੀ ਪਾਣੀ ਹਾਂ ਚੱਲ ਐ ਕਰਦੇ ਆ ਚਾਹ ਲਿਆ ਦਿੰਦਾ ਮੈਂ ਹੈ ਆਹੋ ਗਰਮ ਜੀ ਲਿਆਵਾ ਐਨ ਚਾਹ शर्मा दी डुलकी दाल आखे असी तां डोल डोल खाने आ लो चाचा जा इत्थे रख दे भाई इत्थे रख दे चाह तां बहुत गर्म रख दे भाई जिवें मर्जी आ जा रिश्तेदार तेनू वधिया मिले पतीला नहीं दिखदा दिखदा ना गब्बे ना पिया यार क्या हो गया तेरी भैन ने रखा वा अच्छा ठीक है देख ला आ नमूने तेरे पगड़ बन के आ जाता ना दिखता सुखता इन कुछ नहीं है सत श्री अकाल लै मेरा वीर आया अच्छा अंब ले एक अंब लेके आने थी चल कोई ना फिर आ देख लो मेरा भरा अंब लेके आया नाले ओ भी ताजे आ कोई गल नहीं आ जेड़ा शाही पनीर चाहिए ना ओदे विच चटनी बना के पा लिए जी कि मैं बोलदा चल फिर तू बैठ जा बाहर इने बापू नो कर मैं पानी लेके आनी है तेरे वास्ते ठीक है मैं मास्टर को बहना ओ केड़ा है आ गया 1 मिनट हां भाई ओ भाई ओ जेड़ा बड़ी सारी पग वाला थोड़े घर बड़े है ओ कौन है ओ मेरा रिश्तेदार है रिश्तेदार है मेरा चल 2000 दे दे नहीं यार 2000 मेरे को ना साढ़े 700 रुपया नबेड़ ला यार चल आही सही नाले उन्हें ऐ कह दी अगे ते बाक नहीं देखे भी ना नहीं अगे नु नहीं आंदा यार लेके आया है अंब इन तो मैं पूछता अगड़ोली वाले हाँ जीजा इधर आ हाँ जीजा उरे आ बैठ उरे मेरी गल सुन अगे नू आई भावे ना आई पर इन्ने महंगे अंब ना लेके आई ਉਹ ਨਾਲੇ ਮੇਰੀ ਇੱਕ ਗੱਲ ਹੋ ਸੁਣ ਲੈ ਆਪਣੀ ਭੈਣ ਨੂੰ ਤਾਂ ਸਮਝਾ ਕੇ ਕੀ ਗੱਲ ਹੋ ਗਈ ਜੀਜਾ ਕਹਿੰਦਾ ਕੀ ਹੋ ਗਿਆ ਜੀਜਾ ਓਏ ਭਾਂਡੇ ਇਹ ਨਹੀਂ ਮਾਂਜਦੀ ਪੋਚੇ ਇਹ ਨਹੀਂ ਲਾਉਂਦੀ ਰੋਟੀ ਇਹ ਨਹੀਂ ਬਣਾਉਂਦੀ ਸਬਜ਼ੀ ਇਹ ਨਹੀਂ ਬਣਾਉਂਦੀ ਸਾਰਾ ਦਿਨ ਫੋਨ ਤੇ ਲੱਗੀ ਰਹਦੀ ਆ ਅੱਛਾ ਦੇਖ ਬਾਪੂ ਦਾ ਕੀ ਹਾਲ ਕਰਿਆ ਹੈ ਓਏ ਇਹਨੂੰ ਮਾੜਾ ਮੋਟਾ ਸਮਝਾ ਕੇ ਜਾ ਕੋਈ ਕੰਮ ਧੰਦਾ ਕਰਿਆ ਕਰੇ ਹੈ ਸਾਰੇ ਕੰਮ ਅਸੀਂ ਉਹ ਕਰਦੇ ਆ ਆ ਦਰਮਟ ਮੰਗੋ ਇੱਥੇ ਬਿੱਲੀ ਬੈਠੀ ਰਹਿੰਦੀ ਓਰੇ ਕੀ ਕਰਾਉਣਾ ਸੀ ਇੱਥੇ ਹੈ ਸਾਡੀ ਤਾਂ ਜੁਨੀ ਖਰਾਬ ਕਰੀ ਪਈ ਆ ਨੇ ਮੈਂ ਤੈਨੂੰ ਐ ਕਹਿੰਦਾ ਮਾੜਾ ਜਿਹਾ ਪਰਦੇ ਨਾਲ ਸਮਝਾ ਕੇ ਜਾਈ ਧਿਆਨ ਨਾਲ ਚੰਗਾ ਜੀਜਾ ਠੀਕ ਹੈ ਨਾ ਆ ਭੈਣ ਉਰੇ ਹੀ ਮੜ ਜਾ ਉਹ ਤੂੰ ਬਾਅਦ ਚੋਂ ਸਮਝਾਦੀ ਹੁਣ ਕਿਉਂ ਬੁਲਾਉਣ ਲੱਗਿਆ ਨਹੀਂ ਸਾਹਮਣੇ ਬੁਲਾ ਲਾ ਮੈਂ ਹੁਣੇ ਮੈਂ ਤੈਨੂੰ ਪਰਦੇ ਨਾਲ ਕਹਿੰਦਾ ਸਮਝਾਦੀ ਪਰਦੇ ਨਾਲ ਹੀ ਮੈਂ ਤਾਂ ਹੁਣ ਸਾਹਮਣੇ ਕਹੂੰਗਾ ਆ ਦੇਖ ਭੈਣ ਕਿਆ ਕਹਿੰਦਾ ਕੀ ਹੋਇਆ ਤੁਹਾਡੀ ਭੈਣ ਕੋਈ ਕੰਮ ਨਹੀਂ ਕਰਦੀ ਕਹਿੰਦਾ ਆ ਦੇਖ ਮੈਨੂੰ ਜੀਜਾ ਕਹਿੰਦਾ
ਤੂੰ ਹੁਣ ਕਿਉਂ ਬੋਲਦਾ ਡਰਦਾ ਕਾਹਨੂੰ ਹੋਰ ਕੀ ਕਹਿੰਦਾ ਤੀ ਕਹਿੰਦਾ ਕਹਿੰਦਾ ਪੋਚੇ ਮੈਂ ਲਾਉਣਾ ਕਹਿੰਦਾ ਭਾਂਡੇ ਮੈਂ ਧੋਣਾ ਮੈਂ ਹੋਰ ਕੀ ਕਹਿੰਦਾ ਤੀ ਭਾਈ ਐ ਕਾਹਨੂੰ ਕਿਹਾ ਇਹਨੇ ਇੱਕ ਸਾਰਾ ਕੰਮ ਮੈਂ ਕਰਦਾ ਕਹਿੰਦਾ ਉਹ ਕਹਿੰਦਾ ਸਾਰਾ ਦਿਨ ਬੈਠੀ ਜਾਂਦੀ ਹੈ ਆ ਫੋਨ ਦੇਖੀ ਜਾਂਦੀ ਹੈ ਐ ਕਹਿੰਦਾ ਮੈਨੂੰ ਕਹਿੰਦਾ ਨਾਲੇ ਕਹਿੰਦਾ ਨਾ ਆਹ ਕਹਿੰਦਾ ਸਾਰੇ ਪਾਗਲ ਆ ਕਹਿੰਦਾ ਬਿੱਜੂ ਆ ਗਿਆ ਕੋਈ ਗੱਲ ਨਹੀਂ ਜੇ ਬਿੱਜੂ ਆ ਨਾ ਇਹਦਾ ਮਾਰ ਕੇ ਇੱਟ ਸਿਰ ਪਾੜ ਦਿਆਂ ਜਦੋਂ ਜਾਲੇ ਚਾਮ ਲਿਆ ਹੋਇਆ ਨਹੀਂ ਭਾਈ ਤੁਸੀਂ ਐ ਕਿਉਂ ਲੜਦੇ ਆ ਹੈ ਨਾਲੇ ਹੋਰ ਵੀ ਕਹਿੰਦਾ ਐ ਕਹਿੰਦਾ ਕਹਿੰਦਾ ਆ ਦੁਰਮਣ ਵਾਂਗੇ ਬੈਠੇ ਨੇ ਸਾਰੇ ਦਿਨ ਐ ਕਹਿੰਦਾ ਮਾਰੀ ਨਾ ਦੇਖ ਦੇਖ ਆ ਜਾ ਤੇਰਾ ਤਾਂ ਇੱਕ ਪਾਸਾ ਕਰ ਦਿਆਂ ਮੈਂ ਮੇਰੀ ਗੱਲ ਬਿੱਜੂ ਵੀ ਕਹਿੰਦਾ ਕੋਈ ਗੱਲ ਨਹੀਂ ਉਹਨੂੰ ਪਤਾ ਤਾਂ ਮੈਂ ਫੋਨ ਕਰਦਾ ਬਾਪੂ ਦੇਖ ਲੈ ਓ ਬਾਪੂ ਦੇਖ ਲੈ ਆ ਚਿਮਟੇ ਚੱਕਦੀ ਆ ਉਹ ਚਿਮਟੇ ਚੱਕਦੀ ਆ ਬਾਪੂ ਦੇਖ ਲੈ ਹੈ ਉਹ ਜਾਣਦੇ ਪਈ ਉਹ ਮੁੜ ਗਈ ਬਾਪੂ ਮੁੜ ਗਈ ਹੈ ਆ ਦੇਖ ਲੈ ਬਾਪੂ ਆ ਤੇਰੇ ਸਾਹਮਣੇ ਆ ਦੇਖ ਲੈ ਪਹਿਲਾਂ ਝਾੜੂ ਚੱਕਿਆ ਫਿਰ ਚਿਮਟਾ ਚੱਕਿਆ ਔਰ ਦੇਖ ਲੈ ਭਾਂਡੇ ਆ ਦੇਖ ਲੈ ਸਮਝਾਉਣ ਵਾਸਤੇ ਗਿਆ ਤਾਂ ਲੜਾ ਕੇ ਰੱਖ ਤੇ ਲੜਾ ਕੇ ਆ ਦੇਖ ਬਾਪੂ ਉਹ ਗੜਬੀ ਚੱਕ ਲਈ ਬਾਪੂ ਮੈਂ ਲੱਗੂ ਵੀ ਬਿੱਜੂ ਕਹਿੰਦੇ ਉਹ ਗੜੇ ਬਾਪੂ ਬਾਪੂ ਉਹ ਬਾਪੂ ਉਹ ਬਾਪੂ ਉਹ ਬਾਪੂ ਉਹ ਬਾਪੂ ਓਏ ਦੇਖ ਲੈ ਹੈ ਮਤਲਬ ਕੀ ਹੋ ਗਿਆ ਬਾਪੂ ਤਾਂ ਮੂੰਹ ਵੀ ਕਾ ਕਰਤਾ ਹੈ ਗੜਬੀ ਮਾਰਦੀ ਆ ਬਿੱਜੂ ਨੂੰ ਕਹਿ ਡਾਕਟਰ ਨੂੰ ਲੈ ਕੇ ਆ ਉਹ ਜਾਓ ਡਾਕਟਰ ਲੈ ਕੇ ਆ ਮਸਲਾ ਕੋਈ ਨਹੀਂ ਡਾਕਟਰ ਲੈ ਕੇ ਆਉਣਾ ਹੈ ਉਹ ਇਹਨੂੰ ਬੈਠਾ ਕਰ ਬੈਠਾ ਕਰ ਆਹੋ ਆਹੋ ਆ ਦੇਖ ਲੈ ਆ ਕਿੱਥੇ ਮਾਰੀ ਕਰਦੀ ਤੈ ਆਜੋ 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 ਸੰਗਲ ਸੰਗਲ ਕੋਦਾ ਬੰਦਾ ਹੈ ਭਾਈ ਬੰਦਾ ਹੈ ਬੰਦਾ ਜੀ ਬੰਦਾ ਇਹਦਾ ਓਏ ਜੇ ਬੰਦਾ ਤਾਂ ਹੀ ਤਾਂ ਤੁਹਾਨੂੰ ਬੁਲਾਇਆ ਓ ਭਾਈ ਪਰ ਮੈਂ ਤਾਂ ਡੰਗਾ ਡਾਕਟਰ ਓ ਗੜੋਲੀ ਵਾਲੇ ਪਿੱਚੂ ਓ ਕੀ ਕਹਿ ਕੇ ਲੈ ਗਿਆ ਤੂੰ ਇਹਨੂੰ ਭਾਈ ਮੈਨੂੰ ਤਾਂ ਇਹ ਕਹਿੰਦਾ ਡਾਕਟਰ ਆ ਮੈਂ ਕਿਹਾ ਹਾਂ ਕਹਿੰਦਾ ਚੱਲ ਫਿਰ ਮੇਰੇ ਨਾਲ ਓ ਤੇਰਾ ਦਿਮਾਗ ਠੀਕ ਹੈ ਪੁੱਛ ਤਾਂ ਲੈਂਦਾ ਵੀ ਕਿਹੜਾ ਡਾਕਟਰ ਆ ਉਹ ਹੈ ਮੈਂ ਤਾਂ ਇਹਦਾ ਡਾਕਟਰ ਮੈਂ ਲੈ ਆ ਦੁਰ ਫੱਟੇ ਮੂੰ ਤੇਰਾ ਤੇਰੇ ਬੰਦੇ ਯਾਰ ਡੰਗਰ ਵਾਲੇ ਡਾਕਟਰ ਚ ਨਹੀਂ ਪਤਾ ਲੱਗਦਾ ਵੀ ਕੀ ਹੁੰਦਾ ਮੈਂ ਕਿਹੜੇ ਪੁੱਛਿਆ ਇਹਨੂੰ ਭਾਈ ਲੈ ਫੜਾ ਮੈਂ ਚਲਾ ਦੋ ਕਿੱਥੇ ਬਿੱਜੂ ਐ ਫਸ ਗਿਆ ਮੈਂ ਤਾਂ ਇਹ ਵੀ ਪਤਾ ਮੈਂ ਬਿੱਜੂ ਐ ਅਰੇ ਗੜੂਲੀ ਵਾਲੇ ਬਿੱਜੂ ਨੇ ਮਾਰ ਲਿਆ ਉਹਦੇ ਤਾਂ ਮੈਨੂੰ ਖੜ ਚਾ ਤੇ ਧੰਮਾ ਇਹ ਦੱਸਦਾ ਹੋਰ ਕਿਵੇਂ ਮੰਜਾ ਮੈਂ ਭਾਂਡੇ ਰੋਕ ਲਾ ਵੇ ਪਤੀਲਾ ਤਾਂ ਚੱਕ ਅਬੇ ਮੈਂ ਬੰਨਣਾ ਸੀ ਪਤੀਲਾ ਬਣਾ ਮੈਂ ਹੁਣ ਮੈਂ ਰੋਟੀ ਬਣਾਉਣ ਲੱਗ ਜੀ ਮੈਂ ਪਹਿਲਾਂ ਭਾਂਡੇ ਧੋ ਲੈ ਹੁਣ ਰੋਟੀ ਕਹਿ ਦਈਏ ਮੇਰੇ ਬਣਾ ਦੇ ਹੈ ਭਾਈ ਤੂੰ ਤਾਂ ਨਾ ਬਸ ਤੈਨੂੰ ਵੀ ਰੋਟੀ ਜ਼ਿਆਦਾ ਹੀ ਬੋਲਦਾ ਤਾਂ ਮੇਰੀ ਰੋਟੀ ਬਣਾ ਸਹਾ ਭਾਂਡੇ ਵੀ ਮੇਰੇ ਆਹ ਬਾਪੀ ਜਿਹੜੀ ਬਣੀ ਵੀ ਇਹ ਜਾਈ ਪਚੋਲਾ ਸੀ ਜਿਹਨੇ ਮੇਰਾ ਰਿਸ਼ਤਾ ਕਰਾਤਾ ਇਹਦੇ ਨਾਲ ਕਹਿੰਦਾ ਮੁੰਡਾ ਤਾਂ ਬਹੁਤ ਮਿਹਨਤੀ ਆ ਆ ਮਿਹਨਤੀ ਆ ਘਰ ਜਾਣਾ ਇੱਥੇ ਬੈਠ ਕੇ ਆ ਜਾਂਦਾ ਬਾਹਰ ਉਹ ਮਿਹਨਤੀ ਹੋਇਆ ਮੁੰਡਾ ਤਾਂ ਤਿੰਨ ਤਿੰਨ ਟੋਕਰੇ ਤੋਂ ਭਾਂਡਿਆਂ ਦੇ ਮਾਂਜਦਾ ਹੈ ਨਹੀਂ ਨਾ ਉਹ ਮਤਲਬ ਰਿਸ਼ਤਾ ਕਿਹਨੇ ਕਰਾਇਆ ਤਾਂ ਹਾ ਰਿਸ਼ਤਾ ਆਪਣੇ ਨੇ ਜੋਗੇ ਨੇ ਪੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਲਾ ਬੜਾ ਅੰਬ ਲੈ ਕੇ ਆਇਆ ਵਾ ਅੰਬ ਲੈ ਤੂੰ ਤਾਂ ਤਾਜ਼ੀ ਅੰਬ ਲੈ ਆਇਆ ਕਿੱਥੋਂ ਲੈ ਆਇਆ ਮੈਂ ਆਪਣੇ ਰਸਤੇ ਵਾਲੇ ਬਾਗ ਚੋਂ ਜੀਜਾ ਮੈਂ ਬਣਾਉਣਾ ਹੁਣੇ ਆ ਭੈਣ ਉਰੇ ਆਈ ਮਾਰੇ ਜਾ ਆ ਜੀਜਾ ਬੁਲਾਉਂਦਾ ਉਹ ਤੂੰ ਬਾਅਦ ਚੋਂ ਸਮਝਾ ਦੀ ਨਾ ਮੈਂ ਹੁਣੇ ਸਮਝਾਉਂ ਤੁਹਾਡੇ ਸਾਹਮਣੇ ਕੀ ਹੋਇਆ ਵੀਰ ਆ ਦੇਖ ਭੈਣ ਜੀਜਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਭੈਣ ਕੰਮ ਨਹੀਂ ਕਰਦੀ ਕੋਈ ਵੀ ਆ ਦੁਰਮਣ ਵਾਂਗੂ ਬੈਠੀ ਰਹਿੰਦੀ ਕਹਿੰਦਾ ਅੱਛਾ ਮੈਨੂੰ ਦੁਰਮਟ ਕਹਿੰਦਾ ਹਾਂ ਹਾਂ ਕਿਹੜਾ ਕਹਿੰਦਾ ਏ ਟੈ ਜਾਣਾ ਨਾ ਮਾਰ ਕੇ ਇੱਟ ਸਿਰ ਪਾੜ ਦੂੰ ਉਹ ਮੈਂ ਇਕਲਾ ਕਿਵੇਂ ਕਿਹਾ ਮੈਂ ਤਾਂ ਤੈਨੂੰ ਸਮਝਾਉਣ ਨੂੰ ਕਿਹਾ ਤੂੰ ਲੜਾਉਣ ਨੂੰ ਪੈ ਗਿਆ ਨਾ ਹਾਸ ਬੈ ਇੰਨਾ ਵੀ ਮੈਂ ਤੈਨੂੰ ਦੱਸਦੀ ਗੱਲ ਗੜਬੀ ਹੁਣ ਪਤਾ ਲੱਗੂ ਜੀ ਆਏ ਓਏ ਬਾਪੂ ਬਾਪੂ ਗੜਬੀ ਨੰਬਰ ਓ ਗੜਬੀ ਸਾਡੇ ਆ ਭਾਈ